ਇੱਕ ਬਜ਼ੁਰਗ ਔਰਤ ਦੇ ਮਕਾਨ ਤੇ ਜਬਰਨ ਤਾਲੇ ਤੋੜ ਨਜਾਇਜ਼ ਕਬਜ਼ਾ ਕਰਨ ਵਾਲੀ ਦੂਜੀ ਔਰਤ ਦੇ ਖਿਲਾਫ ਮਾਮਲਾ ਦਰਜ ਕਰਕੇ ਲੁਧਿਆਣਾ ਪੁਲਿਸ ਵੱਲੋਂ ਮਕਾਨ ਅਸਲ ਮਾਲਕ ਬਜ਼ੁਰਗ ਔਰਤ ਨੂੰ ਕਬਜ਼ਾ ਦਿਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਬੀਤੇ ਦਿਨੀ ਫਿਨੋ ਨਾਮ ਦੀ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਜ਼ੁਰਗ ਔਰਤ ਵੀਨਾ ਦੇ ਤਾਜਪੁਰ ਰੋਡ ਤੇ ਸਥਿਤ EVS ਕਲੋਨੀ ਦੇ ਵਿੱਚ ਮਕਾਨ ਦੇ ਤਾਲੇ ਤੋੜ ਕੇ ਬਜ਼ੁਰਗ ਔਰਤ ਦਾ ਸਮਾਨ ਗਲੀ ਵਿੱਚ ਸੁੱਟ ਦਿੱਤਾ ਸੀ, ਜਿਸ ਤੇ ਜਾਂਚ ਕਰਨ ਤੋਂ ਬਾਅਦ ਕਾਰਵਾਈ ਕਰਦਿਆਂ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਆਰੋਪੀ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ ਅਤੇ ਮਕਾਨ ਦੀ ਅਸਲ ਮਾਲਕ ਬਜ਼ੁਰਗ ਔਰਤ ਨੂੰ ਕਬਜ਼ਾ ਦਿਵਾ ਕੇ ਉਸਦਾ ਸਮਾਨ ਘਰ ਦੇ ਅੰਦਰ ਰਖਵਾਇਆ। ਦੂਜੇ ਪਾਸੇ ਜਾਂਚ ਅਧਿਕਾਰੀ ਅਰਵਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਔਰਤ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਸਦੇ ਮਕਾਨ ਤੇ ਲੋਕਾਂ ਨੇ ਨਜਾਇਜ਼ ਕਬਜ਼ਾ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲਾ ACP ਸਾਹਿਬ ਦੀ ਜਾਣਕਾਰੀ ਵਿੱਚ ਲਿਆ ਕੇ ਗਲਾਡਾ ਵਿਭਾਗ ਤੋਂ ਜਾਣਕਾਰੀ ਲੈਣ ਤੋਂ ਬਾਅਦ ਅਸਲ ਮਾਲਕ ਵੀਨਾ ਦੇ ਕਾਗਜ਼ਾਤ ਸਹੀ ਪਾਏ ਗਏ, ਜਿਸ ਤੇ ਕਾਰਵਾਈ ਕਰਕੇ ਆਰੋਪੀ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਅਤੇ ਅਸਲ ਮਾਲਕ ਨੂੰ ਕਬਜ਼ਾ ਦਿਵਾ ਦਿੱਤਾ। 2 ਭਈਏ ਰਹਿੰਦੇ ਸੀਗੇ 8-9 ਸਾਲ ਤੋਂ, ਉਹਨਾਂ ਤੋਂ ਮੈਂ 3,20,000 ਦਾ ਮਕਾਨ ਲਿਆ ਜਿਹਦਾ ਨੰਬਰ ਹੈ 3599। 5 ਸਾਲ ਮੈਨੂੰ ਰਹਿੰਦੀ ਨੂੰ ਹੋ ਗਏ ਆ। ਇਹਨਾਂ ਨੂੰ ਮੈਂ ਜਾਣਦੀ ਨਹੀਂ ਪਹਿਚਾਣਦੀ ਨਹੀਂ। ਇਹਨਾਂ ਨੇ ਮੇਰਾ ਤਾਲਾ ਤੋੜ ਕੇ ਅਤੇ ਮੇਰਾ ਸਮਾਨ ਗੇਟ ਤੋਂ ਬਾਹਰ ਕੱਢਿਆ ਅਤੇ ਬਾਹਰ ਰੱਖ ਦਿੱਤਾ। ਅੱਜ ਤੀਕਰ ਮੈਨੂੰ ਕੋਈ ਇਨਸਾਫ ਨਹੀਂ ਸੀ ਮਿਲਿਆ, ਹੁਣ ਮੈਨੂੰ ਇਨਸਾਫ ਮਿਲ ਗਿਆ। ਹੁਣ ਮੈਨੂੰ ਮੇਰਾ ਸਮਾਨ ਅੰਦਰ ਰੱਖਿਆ ਗਿਆ ਆ ਪੁਲਿਸ ਪ੍ਰੋਟੈਕਸ਼ਨ ਦਾ। ਮੈਂ ਜੋ ਵੀ ਆ ਕਾਨੂੰਨ ਤੋਂ ਬਿਨਾਂ ਨਹੀਂ ਚੱਲੀ, ਮੈਂ ਕਾਨੂੰਨ 'ਤੇ ਚੱਲੀ ਹਾਂ। ਜੋ ਮੇਰੇ ਨਾਂ 'ਤੇ ਆ ਮੀਟਰ ਮੇਰੇ ਨਾਂ 'ਤੇ ਆ। ਔਰ ਸਰ, ਕਲੋਨੀ 'ਚ 3599 ਫਲੈਟ ਸੀ ਜੋ ਗਲਾਡਾ ਵੱਲੋਂ ਜਾਰੀ ਹੋਇਆ ਸੀ 1994 ਵਿੱਚ। ਇਹ ਫਲੈਟ ਫਿਨੋ ਦੇਵੀ ਨੂੰ ਜਾਰੀ ਹੋਇਆ ਸੀ, ਇਹਨੇ ਕਿਸਤਾਂ ਨਾ ਅਦਾ ਕਰਨ ਇਹ ਫਲੈਟ ਗਲਾਡਾ ਵੱਲੋਂ ਕੈਂਸਲ ਕੀਤਾ ਗਿਆ ਸੀ। ਵੀਨਾ ਰਾਣੀ ਨੇ ਫਲੈਟ ਵਿੱਚ ਨਜਾਇਜ਼ ਤੌਰ 'ਤੇ ਬੈਠੀ ਸੀ। ਅਸੀਂ ਅੱਜ ਆਪਣੇ ਤੌਰ 'ਤੇ 1.5 ਮਹੀਨਾ ਜਾਂਚ ਪੜਤਾਲ ਕੀਤੀ, ਸਾਰੇ ਅਫਸਰਾਂ ਕੀਤੇ, ਅੱਜ ਮਾਨਯੋਗ ਏਸਪੀ ਸਾਹਿਬ ਦੇ ਹੁਕਮਾਂ ਅਤੇ ਅਸਲ ਮਾਲਕ ਨੂੰ ਕਬਜ਼ਾ ਦਿਵਾਇਆ ਅਤੇ FIR 16/1918 ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।